ਸਤਿਕਾਰ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਹਾਂ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਇਹ ਬੁਲੇਟਿਨ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਦੂਜਾ ਦਿਨ ਹੈ ਕੈਪਟਨ ਸਰਕਾਰ ਵੱਲੋਂ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ਼ ਕੀਤਾ ਗਿਆ ਮਤਾ ਪੇਸ਼ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਦੀ ਕੀਤੀ ਗਈ ਹੈ ਮੰਗ ਅੱਜ ਵਿਧਾਨ ਸਭਾ ਦਾ ਦੂਜਾ ਦਿਨ ਵੀ ਰਿਹਾ ਹੰਗਾਮੇਦਾਰ ਅਕਾਲੀਆਂ ਨੇ ਮੂੰਹਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਦਾ ਸਮਾਂ ਕਰਵਾਇਆ ਯਾਦ ਇਹ ਕਹਿਣਾ ਹੈ ਮਜੀਠੀਆ ਦਾ ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਵੀ ਆਮ ਆਦਮੀ ਪਾਰਟੀ ਨੇ ਕੀਤਾ ਵਾਕਆਊਟ ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਰੱਖੀਆਂ ਮੰਗਾਂ ਆਪ ਨੇ ਵਿਧਾਨ ਸਭਾ ਦੇ ਬਾਹਰ ਵੀ ਕੀਤਾ ਰੋਸ ਪ੍ਰਦਰਸ਼ਨ ਪਟਿਆਲਾ ਵਿੱਚ ਮੁਲਾਜ਼ਮ ਯੂਨੀਅਨ ਨੇ ਲਾਇਆ ਧਰਨਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਫੂਕਿਆ ਗਿਆ ਪੁਤਲਾ ਭੱਠਾ ਬਹਿ ਗਿਆ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਮੁਲਾਜ਼ਮ ਯੂਨੀਅਨ ਦਾ ਹੁਸ਼ਿਆਰਪੁਰ ਦੇ ਟਾਂਡਾ ਰੋਡ ਤੇ ਗੁੜ ਬਣਾਉਣ ਵਾਲਿਆਂ ਤੇ ਮਾਰੀ ਗਈ ਰੇਡ ਸਿਹਤ ਵਿਭਾਗ ਤੇ ਪ੍ਰਦੂਸ਼ਣ ਵਿਭਾਗ ਨੇ ਕੀਤਾ ਪਰਦਾਫਾਸ਼ ਸਿੰਥੈਟਿਕ ਰੰਗ ਤੇ ਹਲਕੇ ਦਰਜੇ ਦੀ ਖੰਡ ਦੀ ਕੀਤੀ ਜਾ ਰਹੀ ਸੀ ਵਰਤੋਂ ਹੁਸ਼ਿਆਰਪੁਰ ਦੇ ਪਿੰਡ ਰਹੀਮਪੁਰ ਦੇ ਸ਼ਮਸ਼ਾਨ ਘਾਟ ਵਿੱਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਇਲਾਕੇ ਵਿੱਚ ਫੈਲੀ ਦਹਿਸ਼ਤ ਪੁਲਿਸ ਨੇ ਲਾਸ਼ ਨੂੰ ਲਿਆ ਕਬਜ਼ੇ ਵਿੱਚ ਜੈਸ਼ ਏ ਮੁਹੰਮਦ ਦੇ ਗਰੁੱਪ ਦਾ ਹੋਇਆ ਪਰਦਾਫਾਸ਼ ਜੰਮੂ ਕਸ਼ਮੀਰ ਪੁਲਿਸ ਨੇ 5 ਅੱਤਵਾਦੀ ਕੀਤੇ ਗ੍ਰਿਫਤਾਰ ਗਣਤੰਤਰ ਦਿਵਸ ਵਾਲੇ ਦਿਨ ਹਮਲੇ ਦੀ ਸੀ ਵੱਡੀ ਤਿਆਰੀ ਗੈਸ ਸਿਲੰਡਰ ਫਟਣ ਕਾਰਨ ਗਰੀਬ ਪਰਿਵਾਰ ਦੇ ਘਰ ਨੂੰ ਲੱਗੀ ਅੱਗ ਸਮਾਨ ਹੋਇਆ ਸੜਕੇ ਸਵਾ ਵਾਲ ਵਾਲ ਬਚੇ ਪਰਿਵਾਰਕ ਮੈਂਬਰ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਦੂਜਾ ਦਿਨ ਹੈ ਜਿਸ ਵਿੱਚ ਜਿੱਥੇ ਪਾਣੀ ਤੇ ਬਿਜਲੀ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਉੱਥੇ ਹੀ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੇ ਖਿਲਾਫ਼ ਮਤਾ ਵੀ ਪੇਸ਼ ਕੀਤਾ ਗਿਆ ਇਸ ਮਤੇ ਜ਼ਰੀਏ ਕੇਂਦਰ ਸਰਕਾਰ ਤੋਂ ਇਹ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਸਦਨ ਦੇ ਮੈਂਬਰ ਹੁਣ ਇਸ ਮਤੇ ਤੇ ਆਪਣੇ ਵਿਚਾਰ ਪੇਸ਼ ਕਰਨਗੇ ਇੱਕ ਵਾਰ ਫੇਰ ਦੱਸ ਦਿੰਦਿਆਂ ਕਿ ਇਹ ਮਤਾ ਪੰਜਾਬ ਵਿਧਾਨ ਸਭਾ ਵਿੱਚ ਲਿਆਂਦਾ ਗਿਆ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਦੂਜਾ ਦਿਨ ਵੀ ਹੰਗਾਮੇਦਾਰ ਰਿਹਾ ਪਹਿਲੇ ਦਿਨ ਵਾਂਗ ਅੱਜ ਵੀ ਅਕਾਲੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਸੈਸ਼ਨ ਦੌਰਾਨ ਵਾਕਆਊਟ ਕਰ ਦਿੱਤਾ ਗਿਆ ਅੱਜ ਅਕਾਲੀਆਂ ਵੱਲੋਂ ਆਪਣੇ ਮੂੰਹਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਵਾਕਆਊਟ ਕੀਤਾ ਗਿਆ ਤੇ ਬਾਹਰ ਆਉਣ ਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਸੈਸ਼ਨ ਵਿੱਚ ਆਪੋਜੀਸ਼ਨ ਪਾਰਟੀ ਨੂੰ ਲੋਕਾਂ ਨਾਲ ਜੁੜੇ ਮੁੱਦੇ ਉਠਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਉਹ ਮੂੰਹਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਨੇ ਅੱਜ ਇੰਦਰਾ ਗਾਂਧੀ ਦਾ ਸਮਾਂ ਯਾਦ ਕਰਵਾ ਦਿੱਤਾ ਜਦੋਂ ਸਿੱਖਾਂ ਨੂੰ ਦਬਾਇਆ ਜਾਂਦਾ ਸੀ ਮਜੀਠੀਆ ਨੇ ਕਿਹਾ ਕਿ ਸੈਸ਼ਨ ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਜਾਂਦੇ ਨੇ ਪਰ ਆਪੋਜੀਸ਼ਨ ਪਾਰਟੀਆਂ ਲੋਕਾਂ ਨਾਲ ਜੁੜੇ ਮੁੱਦੇ ਨਹੀਂ ਉਠਾ ਸਕਦੀਆਂ ਜਿਸ ਕਾਰਨ ਅੱਜ ਉਹਨਾਂ ਨੇ ਮੂੰਹਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕੀਤਾ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਖਬਰਾਂ ਦੇ ਇਸ ਬੁਲੇਟਿਨ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਵੀ ਆਮ ਆਦਮੀ ਪਾਰਟੀ ਵੱਲੋਂ ਵਾਕਆਊਟ ਕਰ ਦਿੱਤਾ ਗਿਆ ਤੇ ਵਿਧਾਨ ਸਭਾ ਦੇ ਬਾਹਰ ਬਿਜਲੀ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਦਿਖਾਈ ਦਿੱਤੇ ਦੱਸ ਦਈਏ ਕਿ ਵਿਧਾਨ ਸਭਾ ਦੇ ਇਜਲਾਸ ਦਾ ਇਹ ਦੂਜਾ ਦਿਨ ਹੈ ਤੇ ਵਿਧਾਨ ਸਭਾ ਦੇ ਇਜਲਾਸ ਦੇ ਪਹਿਲੇ ਦਿਨ ਵੀ ਆਮ ਆਦਮੀ ਪਾਰਟੀ ਵੱਲੋਂ ਇਸੇ ਤਰ੍ਹਾਂ ਵਾਕਆਊਟ ਕਰ ਦਿੱਤਾ ਗਿਆ ਸੀ ਤੇ ਅਕਾਲੀ ਭਾਜਪਾ ਵੱਲੋਂ ਛਣਕਣੇ ਵੀ ਵਜਾਏ ਗਏ ਸੀ ਆਓ ਦਿਖਾਉਂਦਿਆਂ ਤੁਹਾਨੂੰ ਰੋਸ ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਸਾਡਾ ਸੈਸ਼ਨ
अगली खबर है पटियाला तो, जिथे के मुलाजम यूनियन वालों पंजाब सरकार खिलाफ जम के नारेबाजी की गई है। इस दौरान उन्होंने पंजाब के वित्त मंत्री मनप्रीत सिंह बादल का पुतला भी फूकिया। मुलाजम यूनियन के प्रधान ने पंजाब सरकार से दोष लगाउंदिया कहा कि पंजाब सरकार ने चोणां दौरान किया अपना एक भी वादा पूरा नहीं किया। उन्होंने कहा कि पंजाब सरकार ने सुप्रीम कोर्ट के बराबर काम बराबर तनखाह के फैसले नूं लागू नहीं किया ते ना ही पे कमीशन बारे कुछ दस रही है। मुलाजम यूनियन ने पंजाब सरकार तो मांग की है कि वह छेती तो छेती उन्होंने मंगा प्रवान कर। सारे पंजाब दे विच पंजाब विधानसभा के दो दिन सैशन मुख रखते हुए, क्योंकि पंजाब सरकार मुलाजमान की कमीशन लिया कि नहीं लिया, अर्थी रैलियां जड़िया ने वो सारे डिस्ट्रिक्ट के जा रही ने। अब पटियाले बहुत विशाल रैली करके पंजाब सरकार की अर्थी हमने हमने साड़ी है। मुख्य मंगा के जोड़ा है वो कच्चे काम जड़े ने अडहॉक ने टैंपरेरी ने वर्क चार्ज ने दिहाड़ीदार ने कॉन्टैक्ट आए ने आउटसोर्स ने पार्ट टाइम ने काम जोड़े उन्होंने सेवावान रेगुलाइज करनिया एक्ट 2016 की रोशनी। दूजा इशू है साडा कि पंजाब का पे कमीशन जोड़ा साढ़े नाल कमिटमेंट हुई सी 11 अक्टूबर में कि पे कमीशन की रिपोर्ट जी है 31 दिसंबर तक हर हाल आ जाएगी असं लागू करा। एक कमिटमेंट हुई सी साढ़े नाल कि जोड़े रेगूलर करने कर्मचारी उन्होंने 30 नवंबर तक रिपोर्ट लेके सारे डिपार्टमेंटा चो उन्होंने रेगूलर जोड़ा है वो कर दिता जाए। 2004 की पेंशन का सवाल सी ये बहाल करने वाले पास असं जा रहे हैं। जोड़े स्कीम वर्कर से उन्होंने मिनीम वेज देनी है सहूलत देनिया ने वो सहूलत असं सारिया दें। मानक सुप्रीम कोर्ट का फैसला बड़ा इंपोर्टेंट है 2016 का, उसे तय होया कि बराबर काम बराबर तनखा जी लुट पंजाब दे विच हो रही है ठेकेदारा द्वारा वो लुट खत्म करके तो सुप्रीम कोर्ट का फैसला जोड़ा है उस पंजाब के डिपार्टमेंट से लागू करांगे। तो 16-17 इशू जोड़े ने सब इंपोर्टेंट ने वो सरकार ने हुण तक कमिटमेंट करके वायदे करके मीटिंगा करके वो लागू नहीं किए। 34-35 महीने का बकाया जोड़ा डीए का वो साडा खड़ा है। 4 डीए किश्त जड़िया ने वो सरकार वाल खड़िया ने। इंटरनल रिलीफ 25% बनती है साड़ी, क्योंकि मुलाजमान इस वे स्टैगनेशन है, क्योंकि 4 साल मुलाजमान कोई राहत सरकार ने दे सकती, तो स्टैगनेशन के इविज वजों से 25% डीए इंटरनल रिलीफ जी है उसकी मंग। तो थोड़ा की लगता है कि लंबे समय संघर्ष कर रहे हो लेकिन पंजाब सरकार तुम्हारी मंगा नहीं पूरी करी? देखो मैं हमने कह के हटिया कि पंजाब सरकार वायदे करके मुकरती है, वायदे करके भुल जाती है। पंजाब सरकार की ना तो कोई नीयत है तो ना कोई नीति है। सो नीयत और नीति जो दो हो मुलाजमान दंगा मननिया कोई मुश्किल नहीं है, कोई औखिया नहीं है। माननीय वित्त मंत्री लगातार ये गल कह रहे थे, इन्होंने चोण मनोरथ पत्र दे विच भी ये गल कही है कि असी 3 साल दे विच पंजाब नू आर्थिक हालत दे विचों कढ के स्टीम लाइन ते लैके आवांगे। पर आर्थिक हालत उत्थे खड़ी है, मुलाजमान नू 4-4 महीने तो तनखाह नहीं मिलियां, हर महीने मुलाजमान की तनखा 15-18 तरीक तो पहला मिलती नहीं है। खजानियां दे विच बिल जिहड़े ने करोड़ों रुपये दे मुलाजमान दे पेंडिंग पए ने, उन्होंने बकाए पेंडिंग पे ने, जिन्हां दीआं मौतां हो गईआं उन्होंने बिल पेंडिंग पे ने, जिहड़े रिटायर हो गए उन्होंने भी कोई अदायगियां जिहड़ियां ने उह सरकार वल्लों नहीं कीतियां जा रहीआं। पट्ठा बह गया पंजाब दे खजाने दा, पट्ठा बह गया पंजाब दे वित्त विभाग ते सर हुण मंग पत्र किहनूं देणा? मंग पत्र माननीय डीसी जी साहब नूं देणा है। ਉਸ ਤੋਂ ਬਾਅਦ ਕੀ ਰਣਨੀਤੀ ਰਹੇਗੀ ਕਿ ਸਰਕਾਰ? ਉਸ ਤੋਂ ਬਾਅਦ ਅਸੀਂ ਇੱਕ ਕਨਵੈਨਸ਼ਨ ਰੱਖੀ ਹੈ 2 ਫਰਵਰੀ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਦੇ ਵਿੱਚ। ਉਸ ਕਨਵੈਨਸ਼ਨ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇਕੱਠੀਆਂ ਹੋਈਆਂ ਨੇ ਉਹਦੇ ਵਿੱਚ ਵਿਚਾਰ ਕਰਾਂਗੇ। गुड़ नूं हर घर विच सेहत लई गुणकारी मन्या जांदा है ते अज्ज कल सड़क किनारे आम तौर ते गुड़ तैयार करदे रस दे वेलणे देखण नूं मिल जांदे ने।
ਤੇ ਲੋਕ ਘਰ ਦੀ ਵਰਤੋਂ ਲਈ ਉਹ ਗੁੜ ਬਹੁਤ ਹੀ ਸ਼ੌਂਕ ਨਾਲ ਖਰੀਦ ਕੇ ਆਪਣੇ ਘਰ ਲਿਜਾਉਂਦੇ ਨੇ। ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਜੋ ਗੁੜ ਉਹ ਆਪਣੇ ਪਰਿਵਾਰ ਨੂੰ ਗੁਣਕਾਰੀ ਸੋਚ ਕੇ ਖਿਲਾ ਰਹੇ ਨੇ, ਉਹ ਗੁਣਕਾਰੀ ਨਹੀਂ ਬਲਕਿ ਜ਼ਹਿਰ ਹੈ। ਇਹਨਾਂ ਭੋਲੇ ਭਾਲੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਦੇ ਖਿਲਾਫ਼ ਸਿਹਤ ਵਿਭਾਗ ਜਾਗਦਾ ਦਿਖਾਈ ਦਿੱਤਾ ਅਤੇ ਹੁਸ਼ਿਆਰਪੁਰ ਦੇ ਟਾਂਡਾ ਰੋਡ 'ਤੇ ਸੜਕ ਕਿਨਾਰੇ ਚੱਲਦੇ ਗੰਨੇ ਦੇ ਰਸ ਦੇ ਗੁੜ ਬਣਾਉਣ ਵਾਲੇ ਵੇਲਣਿਆਂ 'ਤੇ ਪ੍ਰਦੂਸ਼ਣ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਰੇਡ ਮਾਰੀ ਗਈ। ਇਸ ਰੇਡ ਵਿੱਚ ਗੁੜ ਦੀ ਜ਼ਹਿਰ ਦੀ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਉੱਲੀ ਲੱਗੇ ਹੋਏ ਸੜੇ 'ਤੇ ਗਲੇ ਗੰਨਿਆਂ ਦੀ ਭਰਮਾਰ ਦੇਖਣ ਨੂੰ ਮਿਲੀ। ਇਸ ਰੇਡ ਵਿੱਚ ਇਹ ਵੀ ਸਾਹਮਣੇ ਆਇਆ ਕਿ ਇੱਥੇ ਸਿੰਥੈਟਿਕ ਰੰਗ ਅਤੇ ਹਲਕੇ ਦਰਜੇ ਦੀ ਖੰਡ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪ੍ਰੋਜੈਕਟ ਦੇ ਡਿਪਟੀ ਡਾਇਰੈਕਟਰ ਅਤੇ ਡਾਇਰੈਕਟਰ ਉਹਨਾਂ ਦੀ ਡਿਟੈਕਸ਼ਨ ਅੰਡਰ ਮਤਲਬ ਇੱਕ ਟੀਮ ਬਣਾਈ ਗਈ ਜਿਹਦੇ ਵਿੱਚ DHO, FSO ਅਤੇ ਹੈਲਥ ਟੀਮ ਨਾਲ ਪੋਲਿਊਸ਼ਨ ਦੇ SDO ਉਹ ਸਾਰਿਆਂ ਨੇ ਮਿਲ ਕੇ ਇਹ ਤੈਵ ਫਰਮ ਹੈਗੀ ਉੱਥੇ ਰੇਡ ਕੀਤੀ। ਇਹਨਾਂ ਨੂੰ ਆਪਾਂ ਆਲਰੇਡੀ ਵੀ ਪਹਿਲੇ ਵੀ ਡਾਇਰੈਕਸ਼ਨ ਦਿੱਤੀਆਂ ਸੀ ਕਿ ਮਤਲਬ ਹਾਈਜੀਨ, ਗੁੱਡ ਹਾਈਜੀਨ ਰੱਖੋ ਔਰ ਗੁੜ ਦੇ ਵਿੱਚ ਕੋਈ ਵੀ ਕਲਰ ਜਾਂ ਕੋਈ ਵੀ ਚੀਜ਼ ਯੂਜ਼ ਨਹੀਂ ਕਰਨੀ, ਪਿਓਰ ਗੁੜ ਔਰ ਵਧੀਆ ਗੰਨੇ ਦਾ ਜਿਹੜਾ ਕਿ ਫਰੈਸ਼ਲੀ ਗੰਨਾ ਕੱਟਿਆ ਹੋਵੇ ਉਹਨੂੰ 72 ਆਵਰ ਦੇ ਵਿੱਚ ਉਹਦੇ ਜੂਸ ਕੱਢ ਕੇ ਉਹ ਗੁੜ ਬਣਾਓ। ਅੱਜ ਦੇਖਿਆ ਗਿਆ ਕਿ ਇਹਨਾਂ ਦਾ ਜਿਹੜਾ ਗੰਨੇ ਦੀ ਕੁਆਲਿਟੀ ਆ ਉਹ ਵੀ ਠੀਕ ਨਹੀਂ ਹੈ, ਗੰਨੇ ਨੂੰ ਫੰਗਸ ਲੱਗੀ ਹੋਈ ਆ। ਕੋਈ ਵੀ ਮਤਲਬ SDM ਸਾਹਿਬ ਨਾਲ ਰੇਡ ਕੀਤੀ, ਪਹਿਲੇ ਜੋ ਡਾਇਰੈਕਸ਼ਨਾਂ ਦਿੱਤੀਆਂ ਵਾਰ ਵਾਰ ਉਹਨਾਂ 'ਤੇ ਇਹਨਾਂ ਦਾ ਕੋਈ ਵੀ ਅਸਰ ਨਹੀਂ ਕੀਤਾ। ਇਹ ਸੇਮ ਉੱਦਾਂ ਦਾ ਹੀ ਸੇਮ ਆ ਕਲਰ ਜਿਹੜਾ ਸਿੰਥੈਟਿਕ ਕਲਰ ਯੂਜ਼ ਕਰ ਰਹੇ ਆ ਔਰ ਵਿੱਚ ਚੀਨੀ ਮਿਕਸ ਕਰ ਰਹੇ ਆ ਜਿਹੜੀ ਕਿ ਮਤਲਬ ਆਪਾਂ ਕਹਿ ਗਏ ਸੀ ਕਿ ਇਹ ਨਹੀਂ ਮਿਕਸ ਕਰਨੀਆਂ। ਔਰ ਦੇਖੋ ਆਪਾਂ ਅੱਜ ਵੀ ਇਹਨਾਂ ਦੇ 3 ਸੈਂਪਲ ਲਏ ਆ, 2 ਗੁੜ ਦੇ ਸੈਂਪਲ ਲਏ ਆ ਔਰ 1 ਸਿੰਥੈਟਿਕ ਕਲਰ ਦਾ ਸੈਂਪਲ ਲਿਆ। ਲੈ ਕੇ ਆਪਾਂ ਮਤਲਬ ਇਹ ਲੈਬ ਦੇ ਵਿੱਚ ਟੈਸਟ ਕਰਾਵਾਂਗੇ, ਅਗਰ ਇਹ ਫੇਲ ਆਉਂਦੇ ਆ ਤਾਂ ਇਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਐਜ਼ ਏ ਰੂਲ ਆਪਾਂ ਮਾਨਯੋਗ ED ਸਾਹਿਬ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਮਤਲਬ ਲੰਚ ਕਰਦੇ ਹਾਂ, ਉਹ ਬਣਦੇ ਜੋ ਵੀ ਇਹਨਾਂ ਨੂੰ ਜੁਰਮਾਨਾ ਹੁੰਦਾ ਆ, ਜੋ ਵੀ ਸਜ਼ਾ ਹੁੰਦੀ ਆ ਜਾਂ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਸਜ਼ਾ। ਤਰਵਿੰਦਰ ਸਿੰਘ ਆ ਜੀ, ਸਰ ਸਾਨੂੰ ਸੀਗੀ ਆ ਵੀ ਸਾਡੇ ਨਾ ਸੈਕਟਰੀ ਸਾਹਿਬ ਨੇ ਐਗਰੀਕਲਚਰ ਦੇ ਕਾਨ ਸਿੰਘ ਪੰਨੂ ਜੀ, ਉਹਨਾਂ ਦੁਆਰਾ ਸੀਗੀਆਂ ਵੀ ਜਿਹੜਾ ਮਿਆਰੀ ਗੁੜ ਵੀ ਚੰਗਾ ਗੁੜ ਆ ਜਿਹੜਾ ਵੀ ਕੈਮੀਕਲ ਰਹਿਤ ਹੋਵੇ, ਕੋਈ ਮਾੜੀ ਚੀਜ਼ ਨਾ ਉਹਦੇ 'ਚ ਪਾਈ ਜਾਵੇ ਜਿਹੜੀ ਸਿਹਤ ਲਈ ਨਾ ਚੰਗੀ ਹੋਵੇ, ਵੀ ਉਹਦਾ ਦੀ ਹਾਈਜੀਨ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ, ਵੀ ਉਹਦੇ ਬਾਰੇ ਅਵੇਅਰਨੈਸ ਦਾ ਸੀਗਾ। ਅਤੇ ਅੱਜ ਸਾਡਾ ਪਲੈਨ ਸੀਗਾ ਜੀ, ਕੀਤਾ ਅਸੀਂ ਆਪਣਾ ਹੈਲਥ ਡਿਪਾਰਟਮੈਂਟ ਨਾਲ ਜੁਆਇੰਟ ਨਾ ਟੀਮ ਬਣਾ ਕੇ ਇੱਕ ਇਹਦਾ ਪਰੇਡ ਕੀਤੀ ਸੀਗੀ, ਉਹਦੇ 'ਚ ਅੱਜ ਦੇਖਿਆ ਸੈਂਪਲ ਇਹਨਾਂ ਦਾ ਕਲੈਕਟ ਕੀਤੇ ਆ। ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਖਬਰਾਂ ਦੇ ਇਸ ਬੁਲੇਟਿਨ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ। ਹੁਸ਼ਿਆਰਪੁਰ ਦੇ ਰਹੀਮਪੁਰ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਇਹ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਕਸਰ ਸ਼ਮਸ਼ਾਨ ਘਾਟ ਵਿੱਚ ਨਸ਼ਾ ਕਰਨ ਵਾਲੇ ਅਤੇ ਸ਼ਰਾਰਤੀ ਅਨਸਰ ਘੁੰਮਦੇ ਰਹਿੰਦੇ ਨੇ। ਲੋਕਾਂ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਲਾਸ਼ ਮਿਲਣ ਤੋਂ ਬਾਅਦ ਮੁਹੱਲੇ ਦੇ MC ਨੇ ਇਸਦੀ ਇਤਲਾਹ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਅਗਰ ਜੇ ਤਾਂ ਇਹ ਜਿਹੜੀ ਡੈਥ ਨਸ਼ੇ ਦੇ ਨਾਲ ਹੋਈ ਹੈ ਤਾਂ ਬਹੁਤ ਮੰਦਭਾਗੀ ਘਟਨਾ ਆ। ਇਸ ਹਾਂ ਲੱਗ ਰਿਹਾ ਜੀ ਵੀ ਸ਼ਾਇਦ ਇਹ ਨਸ਼ੇ ਦੇ ਨਾਲ ਹੀ ਜਿਹੜੀ ਡੈਥ ਹੋਈ ਆ, ਤਾਂ ਸਰ ਪੁਲਿਸ ਨੂੰ ਇਸ ਸੰਬੰਧੀ ਜਿਹੜੀ ਆ ਮੌਕੇ 'ਤੇ ਆ ਕੇ ਜਾਂ ਹੁਣ ਵੀ ਔਰ ਅੱਗੇ ਪਿੱਛੇ ਵੀ ਆ ਕੇ ਇੱਥੇ ਪੁੱਛਗਿੱਛ ਕਰਨੀ ਚਾਹੀਦੀ ਔਰ ਦੇਖਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਜਿਹੜਾ ਇੱਥੇ ਕੰਮ ਜਿਹੜਾ ਉਹ ਇੱਕ ਧਾਰਮਿਕ ਜਗ੍ਹਾ ਹੀ ਹੈਗੀ ਜਿਹੜਾ ਸ਼ਮਸ਼ਾਨ ਘਾਟ ਹੁੰਦਾ ਔਰ ਇੱਥੇ ਜਿਹੜਾ ਬੇਰੋਕ ਟੋਕ ਕਹਿੰਦੇ ਆਲੇ ਦੁਆਲੇ ਪਤਾ ਵੀ ਕੀਤਾ ਵੀ ਇੱਥੇ ਨਸ਼ਾ ਹੁੰਦਾ ਆ, ਸੋ ਇਸ ਸੰਬੰਧੀ ਜਿਹੜਾ ਕੜਾ ਸੰਗਿਆਨ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲੈਣ ਦੀ ਲੋੜ ਆ। ਮੇਰਾ ਨਾਮ PHG ਸਤਿਆਵਰਤ ਸਰ। ਅੱਜ ਸਰ ਅੱਜ ਆਏ ਤੇ ਕੀ ਹੋਇਆ? ਇਹ ਸਰ ਸਾਨੂੰ ਇਤਲਾਹ ਮਿਲੀ ਸੀ, ਆਪਣੇ MC ਸਾਹਿਬ ਨੇ ਸਾਨੂੰ ਫੋਨ ਕੀਤਾ ਸੀਗਾ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਸ਼ਮਸ਼ਾਨ ਘਾਟ ਦੇ ਵਿੱਚ, ਉਹ ਆ ਕੇ ਆਪਾਂ ਉਹਨੂੰ ਦੇਖਿਆ ਅਤੇ ਇਹ ਅਨਨੋਨ ਹੈਗੀ ਆ, ਇਹਦੇ ਪਛਾਣ 'ਤੇ ਕਿਸੇ ਨੂੰ ਵੀ ਲੋਕਾਂ ਨੂੰ ਵੀ ਪੁੱਛਿਆ ਕਿਸੇ ਦੀ ਪਛਾਣ 'ਚ ਨਹੀਂ ਆਇਆ ਇਹ, ਅਤੇ ਜਦੋਂ ਆਪਾਂ ਇਹਦੇ ਕਾਗਜ਼ ਪੱਤਰ ਇਹਦੀ ਜੇਬ 'ਚੋਂ ਦੇਖਿਆ ਇਹਦੇ ਵਿੱਚ ਕੁਛ ਨਹੀਂ ਨਿਕਲਿਆ, ਸਿਰਫ ਖਾਲੀ ਸਿਰਫ ਡੈੱਡ ਬੋਡੀ ਆ, ਉਹਨਾਂ ਲਈ ਸਿਰਫ ਇਹਦੇ ਕੁਛ ਨਹੀਂ ਨਿਕਲਿਆ ਕੋਲੋਂ ਇਹਦੇ। ਇਹਨੂੰ ਹੁਣ ਆਪਾਂ ਚੱਕਿਆ ਹਸਪਤਾਲ ਜਾ ਕੇ ਉੱਥੇ ਮੋਰਚਰੀ ਜੀ ਨੂੰ ਦਾਖਲ ਕਰਾ ਕੇ ਤਾਂ ਫਿਰ ਦੇਖਦੇ ਹਾਂ ਵੀ ਜਿਹੜਾ ਕੋਈ ਆਉਂਦਾ ਕੋਈ ਇਹਦਾ ਤਾਂ ਪਛਾਣ ਕਰਾਵਾਂਗੇ। ਲੱਗਦਾ ਕਿ ਨਸ਼ੇ ਦੀ ਓਵਰਡੋਜ਼ ਨਾਲ ਇਹ ਮਰਿਆ ਇਹ ਕੁਛ ਨਹੀਂ ਕਹਿ ਸਕਦੇ ਜੀ, ਇਸੇ ਲੱਗਦਾ ਤਾਂ ਅਮਲੀ ਆ ਜੀ ਇਹ, ਹੋ ਸਕਦਾ ਨਸ਼ੇ ਦੀ ਓਵਰਡੋਜ਼ ਦੇ ਨਾਲ ਹੀ ਹੋਇਆ ਹੋਵੇ। ਜੰਮੂ ਕਸ਼ਮੀਰ ਪੁਲਿਸ ਨੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਗਰੁੱਪ ਦਾ ਪਰਦਾਫਾਸ਼ ਕਰਦੇ ਹੋਏ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੱਤਵਾਦੀ ਗਣਤੰਤਰ ਦਿਵਸ ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸੀ। ਪੁਲਿਸ ਨੇ ਇਹਨਾਂ ਅੱਤਵਾਦੀਆਂ ਨੂੰ ਧਮਾਕੇਬਾਜ਼ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਇਹ ਅੱਤਵਾਦੀ ਸ਼੍ਰੀਨਗਰ ਵਿੱਚ ਬੀਤੇ 5 ਮਹੀਨਿਆਂ ਦੌਰਾਨ ਹੋਏ ਵੱਖ-ਵੱਖ ਗ੍ਰੀਨੇਡ ਹਮਲਿਆਂ ਵਿੱਚ ਵੀ ਸ਼ਾਮਿਲ ਸਨ।
बीती 26 नवंबर नूं कश्मीर यूनिवर्सिटी के बाहर ग्रेनेड हमला भी इन्हां अतवादियों वल्लों कीता गया सी। पुलिस ने भी दस्सिया कि अतवादी श्रीनगर विच बीते 5 महीनों दौरान होए वक-वक ग्रेनेड हमलों विच भी शामिल सन। बीती 26 नवंबर नूं कश्मीर यूनिवर्सिटी के बाहर ग्रेनेड हमला भी इन्हां अतवादियों वल्लों कीता गया सी। जम्मू कश्मीर की पुलिस ने बयान जारी करके दस्सिया कि अतवादी गणतंत्र दिवस तो पहला वड्डी साजिश रच रहे सी। इन्हां दे नाम ने इम्तियाज़ अहमद, साहिल फारूक ते नसीर अहमद मीर। इन्हां विचों 4 अतवादी हज़र तबल दे नाल तालुक भी रखते ने। पुलिस दे अनुसार इन्हां अतवादियों कोलों काफ़ी मात्रा दे विच विस्फोटक समगरी ते हथियार बरामद होए ने। अगली खबर तरन तारण के मुहला दीप अवेन्यू तो है, जिथे के एक गरीब परिवार के घर सिलेंडर फटन करके घर का सारा समान सड़ के सुआह हो गया। हालांकि इस हादसे में किसी का जानी नुकसान नहीं होया, पर माली नुकसान काफ़ी हो चुका है। इस घटना के बारे पीड़ित महिला ने दसा कि जब वह सवेरे रोटी पकाने लगी तो एकदम सिलेंडर विचों अग निकलन लग पई, जिस तो बाद अचानक ब्लास्ट हो गया, जिस तो बाद घर का सारा समान अग की लपेट में आने करके सारा समान सड़ के सुआह हो गया। इस मौके पर आस पास के लोगों ने एकत्र हो के बच्चों नूं ते महिला नूं घरों बाहर कढ़िया ते पानी नाल अग भी बुझाई, पर उदों तक सारा समान सड़ के सवाह हो गया सी। इस दे नाल ही लोगों ने जिला तरन तारण के डिप्टी कमिश्नर तो पीड़ित परिवार की सहायता की मंग की है। अफसोस की गल ये भी है कि इस घर के कपड़े ते बच्चों दी जुराबां ते टोपियां तक सड़ के सवाह हो गई। ये सारे कहिंदे आ कि उन्हां दी जिहड़ी हैगी आ गैस गूस दी कोई नुकसान पै गया, सारा काम खराब हो गया, जो भी अग लग गई बाद सारा कुछ खराब हो गया। छत उन्हां दी उड़ गई आ, बंदे महां बचे आ, जे निकलदे ना सारा कुछ खराब होना, दूजी छत भी नुकसान होया, काफ़ी नुकसान होया जी। नुकसान तो बेचारे माड़े बंदे उन्होंने भरपाई कर नहीं सकते, ये तो गवर्नमेंट वालों सहायता करेंगे, एजेंसी वाले सहायता करन तो फिर इन्होंने भरपाई होनी, उस तरह हो नहीं सकती। इन्होंने हाँ जी उपराला अं तो डीसी को भी जावे, सारे को जावे, सारे करा किया जाए। इन्होंने ਮਹਿਲਾ ਹੈਗਾ ਨਿਊ ਦੀਪ ਹੈ ਵੀ ਨਿਊ ਇਹ ਭਾਈ ਸਵੇਰੇ ਨਾ 8:45 ਦੇ ਕਰੀਬ ਸਿਲੰਡਰ ਫਟ ਗਿਆ। ਸਿਲੰਡਰ ਦੇ ਹਾਲਾਤ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਕਿ ਸਾਰਾ ਜਿਹੜਾ ਨਾ ਕਸੂਰ ਸਿਲੰਡਰ ਦਾ ਹੀ ਆ, ਅਤੇ ਸਿਲੰਡਰ ਫਟਿਆ ਵਾ ਅਤੇ ਇੱਕਦਮ ਅੱਗ ਹੀ ਅੱਗ ਹੋ ਗਈ ਇੱਥੇ ਮੁਹੱਲੇ 'ਚ, ਅਤੇ ਜੋ ਵੀ ਆ ਮੁਹੱਲੇ ਵਾਲੇ ਸਾਰੇ ਭੱਜ ਕੇ ਆਏ ਆ, ਅਤੇ ਇਹਨਾਂ ਦੇ ਬੱਚੇ ਅਤੇ ਇਹਨਾਂ ਦੇ ਜੋ ਪਰਿਵਾਰ ਨੂੰ ਵਿੱਚੋਂ ਬਚਾਇਆ ਵਾ, ਇਹ ਆ ਵੀ ਇਹਨਾਂ ਜਾਨ ਦਾ ਨੁਕਸਾਨ ਨਹੀਂ ਹੋਇਆ, ਪਰ ਵੇਖਿਆ ਜਾਵੇ ਸਮਾਨ ਦੇ ਵਿੱਚੋਂ ਕੁਝ ਵੀ ਨਹੀਂ ਜੇ ਬਚਿਆ, ਅਤੇ ਸਭ ਜੋ ਫਰਿੱਜ ਪੇਟੀ ਇਹ ਉਹ ਜਿੰਨਾ ਵੀ ਇਹਨਾਂ ਕੋਲ ਸਮਾਨ, ਇਹਨਾਂ ਦੇ ਜੋ ਟੋਪੀਆਂ ਬੂਟ ਤੱਕ ਵੀ ਜਿਹੜੇ ਆ ਮੁਹੱਲੇ ਵਾਲਿਆਂ ਨੇ ਆਪਣੇ ਘਰਾਂ ਦੇ ਵਿੱਚੋਂ ਲਿਆਉਣ ਕੇ ਅਤੇ ਉਹਨਾਂ ਨੂੰ ਮਤਲਬ ਕਿ ਬੂਟ ਬਾਟ ਪਾਏ ਵਿਚਾਰਿਆਂ ਨੂੰ ਟੋਪੀਆਂ ਟੱਪੇ ਦਿੱਤੀਆਂ, ਇੱਕਦਮ ਕੋਈ ਸਮਾਨ ਨਹੀਂ ਇਹਨਾਂ ਦਾ ਰਿਹਾ। ਪਰ ਇਹ ਆ ਕਿ ਕੋਈ ਜਾਨ ਜਿਹੜੀ ਆ ਵੀ ਉਹ ਨਹੀਂ ਬਚਾਉਣ ਵਾਲੇ ਬੰਨੇ ਬਚਾ ਹੋ ਗਿਆ, ਬਹੁਤ ਜ਼ਿਆਦਾ ਭਾਰੀ ਮਾਤਰਾ 'ਚ ਇਹਨਾਂ ਦਾ ਨੁਕਸਾਨ ਹੋਇਆ ਵਾ। ਕਿੰਨਾ ਟਾਈਮ ਹੋ ਗਿਆ ਜੀ? ਇਹ 8:15 ਕਰੀਬ ਅੱਜ ਸਵੇਰੇ। ਨਹੀਂ ਜੀ ਕੋਈ ਨਹੀਂ, ਸਿਰਫ ਵੀਰ ਪ੍ਰੈਸ ਰਿਪੋਰਟਰ ਨੂੰ ਵੀਰ ਨੂੰ ਫੋਨ ਕੀਤਾ, ਉਹਨਾਂ ਆਣ ਕੇ ਮਤਲਬ ਕਿ ਵੇਖਿਆ ਅਤੇ ਉਹਨਾਂ ਨੂੰ ਸਾਰੀ ਵਾਰਦਾਤ ਵਿਖਾਈ, ਉਹਨਾਂ ਨੇ ਮਤਲਬ ਕਿ ਵੀਡੀਓ ਬਣਾਈ ਸ਼ੋਟ ਲਏ, ਅਤੇ ਉਸ ਤੋਂ ਬਾਅਦ ਜਾਂ ਮੀਡੀਆ ਤੁਹਾਨੂੰ ਫੋਨ ਕੀਤਾ, ਜਿਸ ਤੋਂ ਇਲਾਵਾ ਅੱਜ ਤੱਕ ਕੋਈ ਅਧਿਕਾਰੀ ਨਹੀਂ ਜੀ ਇੱਥੇ ਪਹੁੰਚਿਆ। ਮੰਗ ਇਹ ਆ ਜੀ ਇਹਨਾਂ ਦੇ ਮਸ ਸਮਾਨ ਦੀ ਭਰਪਾਈ ਹੋਣੀ ਚਾਹੀਦੀ ਆ, ਇਹਨਾਂ ਵਿਚਾਰਿਆਂ ਦਾ ਜੋ ਨੁਕਸਾਨ ਹੋਇਆ ਵਾ ਉਹ ਪੂਰਾ ਹੋ ਜਾਵੇ, ਅਤੇ ਬਾਕੀ ਤਾਂ ਹੋਰ ਕੋਈ ਨਹੀਂ। ਸਾਰੇ ਮੁਹੱਲੇ ਵਾਲੇ ਵੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਯਾਨੀ ਕਿ ਰੋਸ ਜਾਂ ਵੀ ਸਾਰੇ ਕਹਿੰਦੇ ਵੀ ਜਾਣਾ ਵਾ ਨਾਲ ਵੀ, ਹੁਣ ਤੁਸੀਂ ਦੱਸੋ ਵੀ ਇਹ ਜਿੱਧਰ ਵੀ ਸਾਨੂੰ ਕਹੋਗੇ ਡੀਸੀ ਵਾਲੇ ਬੰਨੇ ਜਾਂ ਮੰਨ ਕੇ ਚਲੋ ਬਲ ਗੈਸ ਏਜੰਸੀ ਤੋਂ ਆਇਆ ਵਾ ਸਿਲੰਡਰ, ਉੱਧਰਲੇ ਬੰਨੇ ਕਿਸੇ ਵੀ ਤਰੀਕੇ ਨਾਲ ਗਰੀਬਾਂ ਦੀ ਮਦਦ ਹੋਣੀ ਚਾਹੀਦੀ ਆ, ਕਿਉਂਕਿ ਇਹਨਾਂ ਦੇ ਜੋ ਕਾਰੋਬਾਰ ਹੈਗਾ ਵਾ ਉਹਦੇ ਵਿੱਚ ਜੋ ਇੱਕ ਵਿਚਾਰਾ ਰਿਕਸ਼ਾ ਚਲਾਉਂਦਾ ਵਾ, ਅਤੇ ਜਿਹੜੀ ਰਿਕਸ਼ਾ ਚਲਾਉਂਦਾ ਉਹਦਾ ਪਰਿਵਾਰ ਜਿਹੜੀ ਘਰਵਾਲੀ ਆ ਉਹ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ ਆ, ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ। ਉਸ ਤੋਂ ਇਲਾਵਾ ਜਿਹੜਾ ਦੂਜਾ ਭਰਾ ਵਾ ਉਹ ਇੱਕ ਪ੍ਰੇਮ ਸ਼ੋਕਰਾਣਾ ਨਾਮ ਦਾ ਹੈਗਾ ਰੋਹੀ, ਅਤੇ ਉਹਦੇ ਕੋਲ ਲੱਗਾ ਹੈ 4,000 ਰੁਪਏ, ਅਤੇ ਆਰਥਿਕ ਹਾਲਤ ਜਿਹੜੀ ਇਹਨਾਂ ਦੀ ਬਹੁਤ ਜ਼ਿਆਦਾ ਲੜਖੜਾਈ ਹੋਈ ਆ। ਦੇਖੋ ਜੀ ਜਿਸ ਤਰ੍ਹਾਂ ਦੇ ਸਿਲੰਡਰ ਦੇ ਹਾਲਾਤ ਤੁਸੀਂ ਦੇਖ ਸਕਦੇ ਆ, ਸਿਲੰਡਰ ਦੀਆਂ ਫੋਟੋਜ਼ ਵੀ ਸਾਡੇ ਕੋਲ ਹੈਗੀਆਂ, ਦੇਖ ਲਓ ਸਿਲੰਡਰ ਫੁੱਲਿਆ ਹੋਇਆ ਵਾ, ਅਤੇ ਅਸੀਂ ਤਾਂ ਆਪ ਵਾਰਦਾਤ 15-20 ਮਿੰਟ ਬਾਅਦ ਪਹੁੰਚਿਆ, ਪਹਿਲਾਂ ਤਾਂ ਪਰਿਵਾਰ ਦੇ ਬਚਾਉਣ ਨੂੰ ਚੱਕਰ ਜੀ ਲੱਗ ਗਿਆ, ਅਤੇ ਲੱਗਦਾ ਗੱਲ ਤਾਂ ਸਾਰੀ ਸਿਲੰਡਰ ਦੀ, ਕਿਉਂਕਿ ਸਿਲੰਡਰ ਫੁੱਲਿਆ ਹੋਇਆ ਅਤੇ ਸਿਲੰਡਰ ਦਾ ਹੀ ਆ ਨੁਕਸ ਤਾਂ ਲੱਗ ਰਿਹਾ। ਰਾਜਪੁਰਾ ਨੈਸ਼ਨਲ ਹਾਈਵੇ ਤੇ ਸਥਿਤ ਬਹਾਦੁਰਗੜ੍ਹ ਟੋਲ ਪਲਾਜ਼ੇ ਤੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਟੋਲ ਪਲਾਜ਼ੇ ਵਾਲੇ ਮੁਲਾਜ਼ਮ ਲੋਕਾਂ ਤੋਂ ਡਬਲ ਪੈਸੇ ਵਸੂਲਣ ਲੱਗ ਗਏ। ਡਬਲ ਪੈਸੇ ਵਸੂਲੇ ਜਾਣ ਤੇ ਲੋਕਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਇੱਥੇ ਸਿੰਗਲ ਟੋਲ 35 ਰੁਪਏ ਹੈ, ਜਦਕਿ ਲੋਕਾਂ ਤੋਂ 70 ਰੁਪਏ ਵਸੂਲੇ ਜਾ ਰਹੇ ਨੇ। ਇਸ ਸੰਬੰਧ ਵਿੱਚ ਜਦੋਂ ਇਸ ਟੋਲ ਪਲਾਜ਼ੇ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਪਿੱਛੋਂ ਇਹ ਹੁਕਮ ਲਾਗੂ ਹੋਏ ਨੇ ਕਿ ਜਿਹੜੇ ਲੋਕ ਬਿਨਾਂ ਫਾਸਟੈਗ ਦੇ ਫਾਸਟੈਗ ਵਾਲੀ ਲਾਈਨ ਵਿੱਚ ਜਾਂਦੇ ਨੇ ਉਹਨਾਂ ਤੋਂ ਡਬਲ ਪੈਸੇ ਵਸੂਲੇ ਜਾਣ। ਮੇਰਾ ਨਾਮ ਪਵਨ ਬੈਸਲਾ ਹੈ। ਸਰ ਨਿਊ ਨਏ ਰੋਡ ਅਗੋਂ ਹੈ ਇਧਰ ਆਪ ਪੈਨਲਟੀ ਕੇ ਸਾਥ ਕਾਟ ਰਹੇ ਹੈ ਜੀ। ਸਰ ਜੀ ਤੋ ਵੋ ਕਬ ਸੇ ਆ ਸੇ ਸ਼ੁਰੂ ਹੈ ਜੀ? ਹਾਂਜੀ ਸਰ, ਜੋ ਆਪਣਾ ਨੈਸ਼ਨਲ ਹਾਈਵੇ ਕਾ ਪਾਲਿਸੀ ਸਰਕੂਲਰ ਜੋ ਹਮਾਰੇ ਪਾਸ ਮੇ ਆਇਆ ਹੈ 15 ਜਨਵਰੀ ਸੇ,
तो 16 जनवरी से अफेक्टेड जो है उसमें हम लोग जो विदाउट फास्टैग गाड़ियां हैं उन वो गाड़ियां अगर फास्टैग लेन में जाती है तो उनसे सिंगल टिकट पे यानी कि पेनल्टी का जो चार्जेस है वो हम लोग पेड करवा रहे हैं। डबल ले रहे हैं? हाँ जी डबल ले रहे हैं, जो सिंगल चार्जेस है उसका डबल ले रहे हैं। सर सिंगल चार्जेस कितनी है? सिंगल चार्जेस मेरे इस प्लाजा पे ये पटियाला या राजपुरा से पटियाला सेक्शन में जो प्लाजा है तरेली जट्टा इस पर 35 रुपीज का सिंगल जर्नी है और उसका हम अभी 70 रुपीज चार्जेस कर रहे हैं फास्टैग लेन में विदाउट फास्टैग वाली गाड़ियों से। सर कहीं ना कहीं नहीं लगता आप लोगों को जुर्माना लगाने से आपके स्कूटी पर लगाए कि ये फास्टैग है एवेनेस कर रहे हैं कि आप ये कैश में जाइए इसमें फास्टैग में जाइए? नहीं सर लोगों को परेशान करने वाली कोई बात नहीं है इसमें। एक्चुअली क्या भारत सरकार और नेशनल हाईवे काफ़ी दिन से इस मुहिम में बहुत ज़्यादा से जोर दे के काम कर रहे हैं कि आप फास्टैग लगवाइए डिजिटल पेमेंट के थ्रू पेमेंट कीजिए, तो अगर उसके बाद भी लोगों में अवेयरनेस नहीं आ रही है तो थोड़ा सा पेनल्टी चार्ज कर रहे हैं ताकि हमारा 100% फास्टैग हो जाए। सही ना, कहीं ना कहीं लोगों का ये कहना है कि हेरा फेरी हो रही है फास्टैग सक्सेस नहीं। सर फास्टैग सक्सेस है, बहुत सारे प्लाजा हैं जिन पर 80% से ऊपर फास्टैग से पेमेंट हो रहा है वो लोग। और सर कोई नहीं गाइडेंस बाकी है वो आगे वाला प्लाजा उस पे तो सिंगल काट रहे हैं उसी रेट में? नहीं सर मेरे प्लाजा पे मुझे एक्चुअली जो मेरी कंपनियों का जो प्लाजा है उन पर सब पे जो गाइडलाइन NHAI की है जो नेशनल हाईवे की उसी हिसाब से हम लोग काम। आपकी कौन सी है सर एजेंसी? एजेंसी के नाम हमारी एजेंसी नूर मोहम्मद के नाम से एजेंसी। ओके, तो जो आगे वाली है उसका वो अलग एजेंसी है सर, उसका कोई नाम वाम होगा सर? कुछ नाम मेरे हिसाब से मुझे ज्यादा तो याद नहीं लेकिन शिवा कॉर्पोरेशन है या शिवा इंडस्ट्री है ऐसा कुछ करके नाम। ये आपके अंडर पे है ये वाला नूर मोहम्मद वाली? नूर मोहम्मद वाले जो ये प्लाजा है ये हमारे अंडर में है और ये अभी हमने टेक ओवर किया है 11 जनवरी से। और सर कोई हमारे दर्शक को बता सकते हैं कि नई न्यू रेगुलेशन है फास्टैग को लेकर? हाँ मैं इतना जरूर कहना चाहूंगा कि जो फैसिलिटी भारत सरकार या नेशनल हाईवे आपको प्रोवाइड कर रही है जो फैसिलिटी भारत सरकार और नेशनल हाईवे आपको प्रोवाइड कर रही है आप उसका फायदा उठाएं, डीजल बचाएं, टाइम बचाएं और मेरे हिसाब से पैसा भी बचता है क्योंकि 100 रुपीज के चार्ज में कैशबैक भी 2% या 5% आ रहा है, तो इसलिए इसकी इस सुविधा का फायदा उठाना चाहिए, जल्दी से जल्दी निकलना चाहिए और जो पेनल्टियाँ जो चार्ज जो लोगों का अवेयरनेस डालने के लिए थोड़ा सा जो पेनल्टी का जो वो रखा है गवर्नमेंट ने वो मेरे हिसाब से ठीक है ताकि लोगों को थोड़ा सा ये हो गया नहीं ये इस तरीके से हम लोगों को ज़्यादा पेड करना हो रहा तो फास्टैग हम जल्दी से जल्दी। खबरां दे इस बुलेटिन विच बस इना ही, जांदे जांदे एक बार फिर नज़र मार लैंदे आ अज दीआं सुरखियां ते। पंजाब विधानसभा दे विशेष इजलास दा अज दूजा दिन है, कैप्टन सरकार वल्लों नागरिकता सोध बिल दे खिलाफ कीता गया मता पेश, केंद्र सरकार नूं कानून वापस लैण दी कीती गई है मंग। अज विधानसभा दा दूजा दिन वी रहा हंगामेदार, अकालियां ने मूहां ते कालियां पट्टियां बन्न के कीता रोस प्रदर्शन, पंजाब सरकार ने इंदिरा गांधी दा समां करवाया याद, इह कहणा है मजीठिया दा। पंजाब विधानसभा इजलास दे दूजे दिन भी आम आदमी पार्टी ने कीता वॉकआउट, बिजली दे मुद्दे नूं लैके आम आदमी पार्टी ने रखियां मंगा, आप ने विधानसभा दे बाहर भी कीता रोस प्रदर्शन। पटियाला विच मुलाजम यूनियन ने लाया धरना, वित्त मंत्री मनप्रीत सिंह बादल दा फूकिया गया पुतला, पट्ठा बह गया पंजाब सरकार दा, इह कहणा है मुलाजम यूनियन दा। हुशियारपुर दे टांडा रोड ते गुड़ बनाउण वालियां ते मारी गई रेड, सेहत विभाग ते प्रदूषण विभाग ने कीता पर्दाफाश, सिंथेटिक रंग ते हल्के दर्जे दी खंड दी कीती जा रही सी वरतों। हुशियारपुर दे पिंड रहीमपुर दे शमशान घाट विचों मिली अणपछाते व्यक्ति दी लाश, इलाके विच फैली दहशत, पुलिस ने लाश नूं लिया कब्जे विच। जैश ए मुहम्मद दे ग्रुप दा होया पर्दाफाश, जम्मू कश्मीर पुलिस ने 5 अतवादी कीते गिरफ्तार, गणतंत्र दिवस वाले दिन हमले दी सी वड्डी तैयारी। गैस सिलेंडर फटन कारण गरीब परिवार दे घर नूं लगी अग, समान होया सड़के सवा, वाल वाल बचे परिवारिक मैंबर। अज दे इस बुलेटिन विच बस इना ही, मैनूं सिमरन कौर नूं दिओ इजाजत ते देखदे रहो रंगला टीवी।